ਕੈਨੇਡਾ ਦੇ ਵਿੱਚ ਜਾਣਾ ਪੰਜਾਬੀਆਂ ਦਾ ਸ਼ੌਕ ਵੀ ਹੈ ਤੇ ਪੰਜਾਬੀਆਂ ਦੀ ਮਜਬੂਰੀ ਵੀ ਮਜਬੂਰੀ ਇਸ ਕਰਕੇ ਕਿਉਂਕਿ ਪੰਜਾਬ ਦੇ ਵਿੱਚ ਰੋਜ਼ਗਾਰ ਦੇ ਓਨੇ ਮੌਕੇ ਨਹੀਂ ਜਿੰਨੇ ਕਿ ਮਿਲਣੇ ਚਾਹੀਦੇ ਆ ਤੇ ਖਾਸ ਕਰਕੇ ਕਾਬਲੀਅਤ ਦੇ ਮੁਤਾਬਕ ਰੋਜ਼ਗਾਰ ਜੇਕਰ ਮਿਲਦਾ ਹੋਵੇ ਤਾਂ ਕਿਸੇ ਦਾ ਚਿਤ ਨਹੀਂ ਕਰਦਾ ਕਿ ਉਹ ਆਪਣੀ ਜੰਮਣ ਪੋਏ ਨੂੰ ਛੱਡ ਕੇ ਆਪਣੀ ਬੁੱਢੀ ਮਾਂ ਨੂੰ ਆਪਣੇ ਬਜ਼ੁਰਗ ਬਾਪੂ ਨੂੰ ਆਪਣੀ ਭੈਣ ਜੀ ਦੇ ਹੱਥ ਪੀਲੇ ਕਰਨੇ ਬਾਕੀ ਆ ਆਪਦੇ ਖੇਤਾਂ ਨੂੰ ਆਪਣੀਆਂ ਪਈਆਂ ਨੂੰ ਆਪਣੀਆਂ ਡੰਡੀਆਂ ਨੂੰ ਆਪਣੀਆਂ ਗਲੀਆਂ ਨੂੰ ਆਪਣੀਆਂ ਪੱਤੀਆਂ ਨੂੰ ਛੱਡ ਕੇ ਕੌਣ ਜਾਣਾ ਚਾਹੁੰਦਾ ਕਿਤੇ ਵੀ ਪਰ ਜੇਕਰ ਕੈਨੇਡਾ ਦੇ ਵਿੱਚ ਪੰਜਾਬੀ ਜਾਂਦੇ ਹਨ ਤਾਂ ਕੈਨੇਡਾ ਦੀ ਆਰਥਿਕਤਾ ਨੂੰ ਵੀ ਬਹੁਤ ਵੱਡਾ ਹੁਲਾਰਾ ਮਿਲਦਾ ਤੇ ਜਦੋਂ ਇੱਕ ਜਣਾ ਉੱਥੇ ਜਾ ਕੇ ਸੈੱਟ ਹੋ ਜਾਂਦਾ ਤੇ ਫਿਰ ਇਧਰਲਾ ਪਾਸਾ ਵੀ ਸੈੱਟ ਕਰਨ ਦੀ ਕੋਸ਼ਿਸ਼ ਕਰਦਾ ਤੇ ਕਰ ਵੀ ਦਿੰਦਾ ਉਹ ਆਪਣੀ ਮਿਹਨਤ ਲਗਨ ਤੇ لیاقت ਦੇ ਨਾਲ ਕਿਉਂਕਿ ਉੱਥੇ ਅਸੀਂ ਆਪਣੀ ਅੱਖੀਂ ਦੇਖਿਆ ਦੋ ਦੋ ਸ਼ਿਫਟਾਂ ਲਾਉਂਦੇ ਮੁੰਡੇ ਕੁੜੀਆਂ ਨੂੰ ਉੱਥੇ ਅਸੀਂ ਕੰਮ ਦੇ ਲਈ ਬਿਰਵਰ ਕਰਦੇ ਨੌਕਰੀ ਉਹਨਾਂ ਨੂੰ ਵੀ ਬਹੁਤ ਵੇਖਿਆ ਪਰ ਇੱਕ ਬਹੁਤ ਦੁਖਦਾਈ ਜਾਣਕਾਰੀ ਆਈ ਹੈ ਵੀ ਕੈਨੇਡਾ ਦੇ ਵਿੱਚੋਂ ਨੌਜਵਾਨਾਂ ਦੀਆਂ ਲਾਸ਼ਾਂ ਕਿਵੇਂ ਇਧਰਲੇ ਪਾਸੇ ਆ ਰਹੀਆਂ ਖੁਲਾਸਾ ਇਸ ਗੱਲ ਦਾ ਹੋਇਆ ਕਿ 1 ਮਹੀਨੇ ਦੇ ਵਿੱਚ 5 ਤੋਂ ਲੈ ਕੇ 8 ਭਾਰਤਗੰਦੀਆਂ ਲਾਸ਼ਾਂ ਆ ਰਹੀਆਂ ਲਗਾਤਾਰ ਲਾਸ਼ਾਂ ਪੈਕ ਹੋ ਕੇ ਆ ਰਹੀਆਂ ਤੁਸੀਂ ਸੋਚ ਕੇ ਦੇਖੋ ਵੀ ਇਧਰੋਂ ਮਾਪਿਆਂ ਨੇ 25 ਲੱਖ ਰੁਪਏ ਲਾ ਕੇ ਧੀ ਪੁੱਤ ਨੂੰ ਬਾਹਰ ਭੇਜਿਆ ਵੀ ਇਹ ਉੱਥੇ ਜਾਊਗਾ 3-4 ਬਰਿਆਂ ਚ ਸੈੱਟ ਹੋਊਗਾ ਪੱਕਾ ਹੋਊਗਾ ਘਰ ਲਊਗਾ ਸਾਨੂੰ ਬੁਲਾਊਗਾ ਆਪਦੇ ਕਿਸੇ ਹੋਰ ਭੈਣ ਭਰਾ ਨੂੰ ਬੁਲਾਊਗਾ ਜ਼ਮੀਨ ਗਹਿਣੇ ਪਈ ਛੜਵਾ ਦਿਆਂਗੇ ਟਰੈਕਟਰ ਨਵਾਂ ਲੈ ਲਾਂਗੇ ਟੱਬਰ ਦੇ ਬਾਕੀ ਦੀਆਂ ਮੁਸ਼ਕਲਾਂ ਹੱਲ ਹੋਣਗੀਆਂ ਪਰ ਜੇਕਰ ਉੱਥੇ ਜਾ ਕੇ ਉਹਨੂੰ ਦਿਲ ਦਾ ਦੌਰਾ ਪੈ ਜਾ ਪਰ ਜੇਕਰ ਉੱਥੇ ਜਾ ਕੇ ਉਹ ਸੜਕ ਹਾਰਸੇ ਦੇ ਵਿੱਚ ਮੁੱਕ ਜੇ ਪਰ ਉੱਥੇ ਜਾ ਕੇ ਜੇਕਰ ਉਹ ਅਸਥਿਤਿਆ ਤੋਂ ਘਬਰਾ ਕੇ ਖੁਦਕੁਸ਼ੀ ਕਰ ਲਵੇ ਤਾਂ ਇੱਧਰ ਬੈਠਣ ਦੇ ਮਨ ਦੇ ਉੱਤੇ ਵੀ ਕੀ ਬੀਤਲੀ ਹੋਊਗੀ ਨਾਤੀ ਪੁੱਤਰਿਆ ਨਾ ਰੁਪਈਏ ਰਹਿ ਨਾ ਜ਼ਮੀਨ ਰਹੀ ਕਸ਼ਵ ਵੀ ਨਹੀਂ ਬਚਿਆ ਲੱਖ ਵੀ ਨਹੀਂ ਬਚਿਆ ਢੋਲੀ ਦੇ ਵਿੱਚ ਕੁਝ ਵੀ ਨਹੀਂ ਪਿਆ ਇਹ ਜਿਹੜਾ ਵੇਰਵਾ ਸਾਹਮਣੇ ਆਇਆ ਇਹ ਟ੍ਰਾਂਟੋ ਦੇ ਵੱਲੋਂ ਆਇਆ ਉੱਥੋਂ ਦੇ ਬ੍ਰੈਂਟਨ ਸ਼ਹਿਰ ਦੇ ਵਿੱਚੋਂ ਫਿਊਨਰਲ ਸੈਂਟਰ ਜਿਹਨੂੰ ਅਸੀਂ ਅੰਤਮ ਸੰਸਕਾਰ ਕਰ ਕਹਿੰਦੇ ਆ ਉਹਦੇ ਵੇਰਵੇ ਦੇ ਨਾਲ ਹੀ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਲਗਾਤਾਰ ਪੰਜਾਬ ਤੇ ਸਮੁੱਚੇ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਆਉਣ ਵਾਲੇ ਜਿਹੜੇ ਨੌਜਵਾਨ ਆ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਉਹ ਪੰਜਾਬ ਦੇ ਵੱਲ ਜਾਂ ਭਾਰਤ ਦੇ ਬਾਕੀ ਵੱਖ-ਵੱਖ ਸੂਬਿਆਂ ਦੇ ਵੱਲ ਵਾਪਸ ਜਾ ਰਹੀਆਂ ਹਨ ਪਤਾ ਲੱਗਾ ਜੀ ਕਿ ਇਹ ਨੌਜਵਾਨ ਜਿਹੜੇ ਕਿ ਕੰਮ ਦੇ ਲਈ ਉੱਥੇ ਬਹੁਤ ਮੁਸ਼ਕਲ ਹਾਲਾਤ ਦੇ ਵਿੱਚੋਂ ਗੁਜ਼ਰ ਰਹੇ ਆ ਜਦੋਂ ਮਾਨਸਿਕ ਤਣਾਅ ਦੇ ਵਿੱਚੋਂ ਗੁਜ਼ਰਦੇ ਤੇ ਫਿਰ ਖਬਰਾਂ ਕੀ ਆਉਂਦੀਆਂ ਕਿ ਹਾਲੇ ਪੁੱਤ ਨੂੰ ਗਏ ਨੂੰ 20 ਦਿਨ ਹੋਏ ਸੀ ਪਰ ਦਿਲ ਦਾ ਦੌਰਾ ਪੈ ਗਿਆ ਕਾਰਨ ਪਤਾ ਨਹੀਂ ਕੀ ਆ ਇੱਥੇ ਠੀਕ ਸੀ ਪਰ ਉੱਥੇ ਪਤਾ ਨਹੀਂ ਕੀ ਕਾਰਨ ਬਣ ਗਿਆ ਖਬਰਾਂ ਇਹ ਆਉਂਦੀਆਂ ਕਿ 3 ਮਹੀਨੇ ਪਹਿਲਾਂ ਭੈਣਾਂ ਦਾ ਭਰਾ ਉੱਥੇ ਗਿਆ ਸੀ ਜਾਂ ਕੁੜੀ ਉੱਥੇ ਗਈ ਸੀ ਪਰ ਉਹਨੂੰ ਦਿਲ ਦਾ ਦੌਰਾ ਪੈ ਗਿਆ ਅਚਾਨਕ ਹੀ ਸਮੱਸਿਆ ਆ ਗਈ ਇਧਰ ਤੱਕ ਕਦੇ ਕੋਈ ਸਮੱਸਿਆ ਹੈ ਨਹੀਂ ਸੀ ਇਹਦੇ ਪਿੱਛੇ ਕਾਰਨ ਕੀ ਆ ਸੇਤ ਮਾਰ ਇਹ ਗੱਲ ਕਹਿੰਦੇ ਆ ਕਿ ਜਦੋਂ ਪ੍ਰਸਥਤੀਆਂ ਬਦਲਦੀਆਂ ਜਦੋਂ ਦਿਮਾਗ ਦੇ ਉੱਤੇ ਇਹ ਸਟ੍ਰੈਸ ਆ ਕਿ ਭਾਈ ਪੰਜਾਬ ਦੇ ਵੱਲ ਵੀ ਆਪਦੇ ਟੱਬਰ ਦਾ ਸੋਚਣਾ ਤੇ ਇੱਥੇ ਕੈਨੇਡਾ ਵਿੱਚ ਕੰਮ ਨਹੀਂ ਮਿਲਦਾ ਬੇਸਮੈਂਟ ਦਾ ਕਿਰਾਇਆ ਕੱਢਣ ਜੋਗੇ ਪੈਸੇ ਹੈ ਨਹੀਂਗੇ ਅ ਅਗਲੇ ਸੈਮੈਸਟਰ ਦੀ ਫੀਸ ਕਿਵੇਂ ਭਰਨੀ ਆ ਤੇ ਬਹੁਤ ਸਾਰੀਆਂ ਹੋਰ ਚੁਣੌਤੀਆਂ ਜਿਹੜੀਆਂ ਕਿ ਉਸ ਵੇਲੇ ਘੇਰਾ ਪਾ ਲੈਣਗੇ ਜਿਹਦੇ ਕਰਕੇ ਮਨ ਦੇ ਉੱਤੇ ਇਹੋ ਜਿਹਾ ਤਣਾਅ ਪੈਦਾ ਹੁੰਦਾ ਕਿ ਸਿਹਤਨੀਆਂ ਕਈ ਸਮੱਸਿਆਵਾਂ ਆ ਜਾਣੀਆਂ ਫਿਰ ਉੱਥੇ ਨਸ਼ਾ ਵੀ ਬਹੁਤ ਵਧ ਗਿਆ ਵਧਿਆ ਇੱਥੇ ਵੀ ਆ ਪਰ ਕੈਨੇਡਾ ਦੇ ਵਿੱਚ ਵੀ ਨਸ਼ਾ ਬਹੁਤ ਆ ਨਸ਼ਾ ਖੋਰੀ ਦੀਆਂ ਘਟਨਾਵਾਂ ਓਵਰਡੋਸ ਦੇ ਵਿੱਚ ਮੌਤ ਹੋ ਜਾਣੀ ਗੋਲੀ ਦਾ ਵੱਜ ਜਾਣਾ ਐਕਸੀਡੈਂਟ ਦਾ ਹੋ ਜਾਣਾ ਖੁਦਕੁਸ਼ੀ ਕਰ ਲੈਣੀ ਇਹਨਾਂ ਸਾਰੀਆਂ ਗੱਲਾਂ ਦੇ ਕਰਕੇ ਮਾਪਿਆਂ ਦੇ ਇੱਧਰ ਵਸਦਿਆਂ ਦੇ ਸੁਪਨੇ ਢਿੱਕ ਰਹੇ ਆ ਅਸੀਂ ਹਮੇਸ਼ਾ ਬੇਨਤੀ ਇਹ ਕਰਦੇ ਆ ਅਜੀਤ ਵਬ ਟਵੀ ਦੇ ਰਾਹੀਂ ਕਿ ਮਾਪੇ ਆਪਣੇ ਬੱਚਿਆਂ ਨੂੰ ਭੇਜਣ ਇਹ ਉਹਨਾਂ ਦਾ ਨਿੱਜੀ ਅਧਿਕਾਰ ਆ ਪਰ ਇਹ ਗੱਲ ਜ਼ਰੂਰ ਸੋਚ ਲੈਣ ਕਿ ਜਦੋਂ ਬੱਚਾ ਚਲਾ ਗਿਆ ਜਦੋਂ ਉੱਥੇ 에어ਪੋਰਟ ਦੇ ਉੱਤੇ ਉਤਰ ਗਿਆ ਭਾਵੇਂ ਵਿੰਕੂਬਰ ਉਤਰੇ ਭਾਵੇਂ ਕੈਲਗਰੀ ਉਤਰੇ ਭਾਵੇਂ ਐਡਮਿੰਟਨ ਉਤਰੇ ਤੇ ਭਾਵੇਂ ਉਹ ਟ੍ਰਾਂਟੋ ਦੇ ਵਿੱਚ ਉਤਰੇ ਉਹਨੂੰ ਜਾਣ ਸਰ ਕਿਸੇ ਨੇ ਕੰਮ ਤੇ ਨਹੀਂ ਲਾਉਣਾ ਵਿਰਲੇ ਟਾਵੇਂ ਬੱਚੇ ਜਿਹੜੇ ਕਿ ਜਾਣ ਸਰ ਕੰਮ ਨੂੰ ਹੱਥ ਪੈ ਜਾਂਦਾ ਕੁਦਰਤੀ ਵੀ ਪੈ ਜਾਂਦਾ ਕਈ ਵਾਰ ਔਰ ਬੱਚੇ ਸੈੱਟ ਹੋ ਜਾਂਦੇ ਆ ਪਰ ਪਹਿਲੇ 1.5 2 ਸਾਲ 3 ਸਾਲ ਬਹੁਤ ਔਖੇ ਵੇਲੇ ਦੇ ਵਿੱਚੋਂ ਨਿਕਲਣਾ ਪੈਂਦਾ ਪਰ ਜੇਕਰ ਇਧਰ ਬੈਠੇ ਮਾਪੇ ਗੱਲ ਕਹਿਣਗੇ ਕਿ 25 ਲੱਖ ਦਾ ਪੁੱਤ ਜਾਂ ਧੀਏ ਵਿਆਜ ਭੇਜ ਤਾਂ ਫਿਰ ਉਹ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਹੁੰਦੇ ਆ ਤੁਹਾਡੇ ਧੀਆਂ ਪੁੱਤ ਉੱਥੇ ਸਲਾਮਤ ਰਹਿਣ ਇਹਦੇ ਲਈ ਜ਼ਰੂਰੀ ਆ ਕਿ ਤੁਸੀਂ ਇੱਥੇ ਬੈਠੇ ਉਹਨਾਂ ਨੇ ਉੱਤੇ ਦਬਾਅ ਨਾ ਬਣਾਓ ਪਰ ਜੇਕਰ ਇੱਥੇ ਬੈਠੇ ਕਹੀ ਜਾਊਂਗੇ ਕਿ 60000 ਰੁਪਏ ਮਹੀਨਾ ਭੇਜੀ ਭੇਜ ਵਿਆਜ ਭੇਜਣਾ ਅੱਗੇ ਆਪਾਂ ਸ਼ਾਹੂਕਾਰ ਨੂੰ ਦੇਣਾ ਤੇ ਫਿਰ ਭਾਈ ਉਹਨਾਂ ਨੂੰ ਉੱਥੇ ਕਈ ਤਰ੍ਹਾਂ ਦੇ ਗਲਤ ਕੰਮ ਵੀ ਕਰਨੇ ਪੈਂਦੇ ਕਈ ਧੀਆਂ ਭੈਣਾਂ ਦੇ ਨਾਲ ਉੱਥੇ ਬੇਪਤੀ ਦੀਆਂ ਖਬਰਾਂ ਵੀ ਆਉਂਦੀਆਂ ਤੇ ਫਿਰ ਬੱਚੇ ਜਿਹੜੇ ਉਹ লাশ ਦੇ ਰੂਪ ਦੇ ਵਿੱਚ ਵੀ ਇਧਰ ਆ ਸਕਦੇ ਇਹ ਗੱਲ ਜ਼ਰੂਰ ਸੋਚਣੀ ਚਾਹੀਦੀ ਆ ਤਣਾ ਤੋਂ ਆਪ ਆਪ ਦੇ ਬੱਚੇ ਬਚਾਈਏ ਕੈਨੇਡਾ ਪੰਜਾਬੀਆਂ ਦਾ ਦੂਜਾ ਘਰ ਆ ਪਰ ਉਸ ਘਰ ਦੇ ਵਿੱਚੋਂ ਮਰਗ ਦੀਆਂ ਖਬਰਾਂ ਨਾ ਆਉਣ ਕੈਨੇਡਾ ਪੰਜਾਬੀਆਂ ਨੂੰ ਠਹਰ ਦਿੰਦਾ ਕੈਨੇਡਾ ਪੰਜਾਬਗਨ ਰੋਜ਼ਗਾਰ ਦਿੰਦਾ ਤੇ ਅਸੀਂ ਉੱਥੇ ਜਾ ਕੇ ਬਹੁਤ ਸਾਰੀਆਂ ਮੱਲਾ ਮਾਰੀਆਂ ਪਰ ਜੇਕਰ ਤੁਹਾਡੇ ਬੱਚੇ ਤੁਹਾਡੇ ਆਪਣੇ ਪਿਆਰੇ ਚਾਹੁੰਦੇ ਆ ਕਿ ਸਹੀ ਸਲਾਮਤ ਰਹਿਣ ਤਾਂ ਉਹਨਾਂ ਨੂੰ ਟੈਨਸ਼ਨ ਦੇ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਗੇ ਇਹ ਨਾ ਹੋਵੇ ਕਿੱਥੇ ਸਾਡੇ ਬੱਚੇ ਕਿੱਥੇ ਸਾਡੇ ਆਪਣੇ ਪਿਆਰੇ ਕਿੱਥੇ ਸਾਡੇ ਜਿਗਰ ਦੇ ਟੋਟੇ ਕਿੱਥੇ ਸਾਡੀਆਂ ਅੱਖਾਂ ਦੇ ਤਾਰੇ ਪੈਕ ਹੋ ਹੋ ਕੇ ਦਰੋਂ ਸੋਚਣਾ ਵਿਚਾਰਨਾ ਬਣਦਾ